ਤੋਂ ਸਮਾਣਾ ਹਲਚਲ ਨਿਊਜ਼। ਅਸੀਂ ਅੱਜ ਗੱਲ ਕਰ ਰਹੇ ਹਾਂ ਸਮਾਣਾ ਸਿਵਲ ਹਸਪਤਾਲ ਦੀ, ਜਿੱਥੇ ਸ਼ਵ ਭਾਗ ਦੇ ਨਾਲ ਕੰਧ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੀ ਵੱਡੇ ਵੱਡੇ ਦਰਖਤ ਲੱਗ ਚੁੱਕੇ ਹਨ, ਤੇ ਅਸੀਂ ਕੈਮਰਾਮੈਨ ਨੂੰ ਵੀ ਕਹਾਂਗੇ ਕਿ ਵੀ ਦਿਖਾਵੇ ਕਿ ਵੀ ਕੰਧ ਦੇ ਵਿੱਚ ਜੋ ਵੱਡੇ ਵੱਡੇ ਦਰਖਤ ਲੱਗੇ ਹਨ ਤੇ ਨਾਲ ਹੀ ਕੁਝ ਉਹਨਾਂ ਦਾ ਬਿਜਲੀ ਦਾ ਤਕਨੀਕੀ ਸਮਾਨ ਵੀ ਪਿਆ ਹੈ। ਜੇ ਕੰਧ ਗਿਰਦੀ ਹੈ ਤਾਂ ਕਿਸੇ ਦੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਨਾਲ ਕਿਸੇ ਨਾ ਕਿਸੇ ਨੂੰ ਸੱਟਾਂ ਵੀ ਲੱਗ ਸਕਦੀਆਂ ਹਨ ਤੇ ਮਸ਼ੀਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਗੱਲ ਕਰਦੇ ਹਾਂ ਕਿ ਵੀ ਜਿੱਥੇ ਪੰਜਾਬ ਸਰਕਾਰ ਨਵੀਆਂ ਬਿਲਡਿੰਗਾਂ ਦੀ ਉਸਾਰੀ ਕਰ ਰਹੀ ਹੈ ਤੇ ਉਹਨਾਂ ਦੀ ਦੇਖਭਾਲ ਲਈ ਵਿਅਕਤੀਆਂ ਦੀ ਨਿਯੁਕਤੀ ਵੀ ਕਰ ਰਹੀ ਹੈ, ਉੱਥੇ ਹੀ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਇਸ ਵੱਲ ਬਿਲਕੁਲ ਨਹੀਂ ਗੌਰ ਕਰ ਰਿਹਾ। ਜੇ ਗੌਰ ਕਰੇ ਤਾਂ ਇਹ ਹਾਦਸਾ ਹੁਣ ਵੀ ਬਚ ਸਕਦਾ ਹੈ ਤੇ ਬਿਲਡਿੰਗ ਤੇ ਜੋ ਲੱਖਾਂ ਰੁਪਈਆ ਲੱਗਿਆ ਹੈ ਉਹ ਵੀ ਸਰਕਾਰ ਦਾ ਕਿਸੇ ਹੀਲੇ ਲੱਗਿਆ ਹੋਇਆ ਵੀ ਨਜ਼ਰ ਆਵੇਗਾ। ਗੌਰ ਹੈ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੂੰ ਇਸ ਵੱਲ ਗੌਰ ਕਰਨ ਦੀ। ਤੁਸੀਂ ਦੇਖ ਰਹੀ ਹੋ ਵੱਡਾ ਦਰਖਤ ਹੋ ਚੁੱਕਾ ਹੈ ਜੋ ਕਾਫੀ ਗਿਣਤੀ ਦੇ ਵਿੱਚ ਫੈਲ ਵੀ ਚੁੱਕਿਆ ਹੈ, ਜਿਸ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ। ਅਸੀਂ ਦਿਖਾਉਂਦੇ ਹਾਂ ਕੈਮਰਾਮੈਨ ਨੂੰ ਕਿ ਵੀ ਉਹ ਇਸ ਵੱਲ ਨਿਗਾਹ ਮਾਰ ਕੇ ਦਿਖਾਵੇ। ਤੇ ਦੂਜੇ ਪਾਸੇ ਜੇ ਨਾਲ ਹੀ ਗੇਟ ਦੇ ਇੱਕ ਪਿੱਪਲ ਦਾ ਪੇੜਾ ਵੀ ਬਹੁਤ ਵੱਡਾ ਲੱਗਣਾ ਸ਼ੁਰੂ ਹੋ ਚੁੱਕਾ ਹੈ। ਗੱਲ ਇਸ ਲਈ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਧਿਆਨ ਦੇ ਲਿਆ ਰਹੇ ਹਾਂ ਕਿ ਵੀ ਇਸ ਨੂੰ ਵਢਵਾਇਆ ਜਾਵੇ ਜਾਂ ਇਸ ਨੂੰ ਛੰਗਵਾਇਆ ਜਾਵੇ, ਇਸ ਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਵਧਣ ਤੋਂ ਰੋਕਿਆ ਜਾਵੇ ਤਾਂ ਜੋ ਬਿਲਡਿੰਗ ਦਾ ਨੁਕਸਾਨ ਨਾ ਹੋ ਸਕੇ। ਕੈਮਰਾਮੈਨ ਵਿੱਕੀ ਦੇ ਨਾਲ ਪ੍ਰੇਮ ਵਧਵਾ ਦੀ ਵਿਸ਼ੇਸ਼ ਰਿਪੋਰਟ। ਤੇ ਦੂਜੇ ਪਾਸੇ ਜੇ ਨਾਲ ਹੀ ਗੇਟ ਦੇ ਇੱਕ ਪਿੱਪਲ ਦਾ ਪੇੜਾ ਵੀ ਬਹੁਤ ਵੱਡਾ ਲੱਗਣਾ ਸ਼ੁਰੂ ਹੋ ਚੁੱਕਾ ਹੈ। ਗੱਲ ਇਸ ਲਈ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਧਿਆਨ ਦੇ ਲਿਆ ਰਹੇ ਹਾਂ ਕਿ ਵੀ ਇਸ ਨੂੰ ਵਢਵਾਇਆ ਜਾਵੇ ਜਾਂ ਇਸ ਨੂੰ ਛੰਗਵਾਇਆ ਜਾਵੇ, ਇਸ ਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਵਧਣ ਤੋਂ ਰੋਕਿਆ ਜਾਵੇ ਤਾਂ ਜੋ ਬਿਲਡਿੰਗ ਦਾ ਨੁਕਸਾਨ ਨਾ ਹੋ ਸਕੇ। ਕੈਮਰਾਮੈਨ ਵਿੱਕੀ ਦੇ ਨਾਲ ਪ੍ਰੇਮ ਵਧਵਾ ਦੀ ਵਿਸ਼ੇਸ਼ ਰਿਪੋਰਟ।